ਸਤਗੁਰੂ ਜੀ ਦੀ ਬਖਸ਼ਿਸ਼ ਦੀ ਪਾਤਰ ਗੁਰੂ ਰੂਪ ਸਾਤ ਸੰਗਤ ਖਾਲਸਾ ਦੀ ਜੋ ਗੱਜ ਕੇ ਫਤਿਹ ਬਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੀਨੇ ਕਲਗੀਧਰ ਪਾਤਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਔਰੰਗਜ਼ੇਬ ਨੂੰ ਜਿੱਤ ਦੀ ਚਿੱਠੀ ਜਫਰਨਾਮਾ ਲਿਖਿਆ ਤੇ ਸਤਗੁਰੂ ਜੀ ਨੇ ਕੂਚ ਦੀ ਤਿਆਰੀ ਕੀਤੀ ਕਿਉਂਕਿ ਗੁਰਦੇਵ ਜਾਣਦੇ ਸਨ ਕਿ ਵਜ਼ੀਰ ਖਾਂ ਅਮਨ ਨਾਲ ਨਹੀਂ ਬੈਠਣ ਵਾਲਾ ਇਸ ਕਰਕੇ ਸਤਗੁਰੂ ਮਹਾਰਾਜ ਨੇ ਵੀ ਸਵੈ ਰੱਖਿਆ ਵਾਸਤੇ ਯਤਨ ਆਰੰਭ ਦਿੱਤੇ ਸਨ ਖਬਰਾਂ ਪਹੁੰਚ ਰਹੀਆਂ ਸਨ ਕਿ ਵजीर खान ਛੇਤੀ ਹੀ ਚੜ੍ਹਾਈ ਕਰਨ ਵਾਲਾ ਹੈ ਗੁਰਦੇਵ ਸੰਗਣੀ ਵਸੋਂ ਦੇ ਨੇੜੇ ਜੰਗ ਨਹੀਂ ਕਰਨਾ ਚਾਹੁੰਦੇ ਇਸ ਵਾਸਤੇ ਸਤਗੁਰੂ ਨੇ ਦੀਨਾ ਛੱਡਿਆ ਤੇ ਸਤਗੁਰੂ ਸੱਚੇ ਪਾਤਸ਼ਾਹ ਜੀ ਪਿੰਡ ਭਦੌੜ ਭਗਤਾ ਜੈਤੋ ਲੰਬਾਂ ਵਾਲੀ ਹੁੰਦੇ ਕੋਟ ਕਪੂਰੇ ਪਹੁੰਚੇ ਖਬਰ ਸੁਣ ਕੇ ਪਿੰਡ ਦਾ ਸਰਦਾਰ ਕਪੂਰਾ ਸਤਿਗੁਰੂ ਜੀ ਦੇ ਦਰਸ਼ਨ ਵਾਸਤੇ ਆਇਆ ਕਪੂਰੇ ਨੇ ਇੱਕ ਸੁੰਦਰ ਘੋੜਾ ਤੇ ਕੁਝ ਹੋਰ ਵਸਤਾਂ ਸਤਿਗੁਰੂ ਜੀ ਦੇ ਚਰਨਾਂ ਵਿੱਚ ਪੇਟਾ ਤਰ ਕੇ ਮੱਛਾ ਟਿਕਿਆ ਕਪੂਰਾ ਉਸ ਵੇਲੇ 84 ਪਿੰਡਾਂ ਦਾ ਮਾਲਕ ਸੀ ਪਿੰਡ ਵਿੱਚ ਉਹਨੇ ਇੱਕ ਬਹੁਤ ਮਜ਼ਬੂਤ ਕਿਲਾ ਵੀ ਬਣਾਇਆ ਹੋਇਆ ਸੀ ਇਸੇ ਕਰਕੇ ਇਸ ਨਗਰ ਦਾ ਨਾਮ ਸੀ ਕੋਟ ਕਪੂਰਾ ਕਪੂਰਾ ਆਪਣੇ ਸਾਥੀਆਂ ਤੇ ਪਰਿਵਾਰ ਦੇ ਨਾਲ ਸਤਿਗੁਰੂ ਦੇ ਚਰਨਾਂ ਵਿੱਚ ਆਇਆ ਆਪਣੇ ਪੁੱਤਰਾਂ ਪੁੱਤਰੀਆਂ ਨੂੰ ਗੁਰਦੇਵ ਪਾਸੋਂ ਉਸਨੇ ਅੰਮ੍ਰਿਤ ਦੀ ਦਾਤ ਦਵਾਈ ਸਤਗੁਰੂ ਜੀ ਨੇ ਪ੍ਰਸਾਨੋ ਕਰਕੇ ਕਪੂਰੇ ਨੂੰ ਖੰਡਾ ਤੇ ਢਾਲ ਬਖਸ਼ਿਸ਼ ਕੀਤੀ ਗੁਰਦੇਵ ਇਥੋਂ ਰਵਾਨਾ ਹੋਏ ਤਾਂ ਖਬਰ ਮਿਲੀ ਕਿ ਵਜ਼ੀਰ ਖਾਨ ਦੀਆਂ ਫੌਜਾਂ 2-4 ਦਿਨ ਤੱਕ ਪਹੁੰਚਣ ਵਾਲੀਆਂ ਹਨ ਕਪੂਰੇ ਨੇ ਬੇਨਤੀ ਕੀਤੀ ਸੱਚੇ ਪਾਤਸ਼ਾਹ ਸੰਗਰੇ ਜੰਗਲ ਵਿੱਚ ਖੇਦਰਾਣੇ ਦੀ ਢਾਬ ਬੜੀ ਸੁਰੱਖਿਅਤਾਂ ਹੈ ਆਪ ਉੱਥੇ ਪਹੁੰਚ ਜਾਓ ਤਾਂ ਠੀਕ ਰਹੇਗਾ ਹਜ਼ੂਰ ਨੂੰ ਕਪੂਰੇ ਦੀ ਇਹ ਸਲਾਹ ਪਸੰਦ ਆਈ ਕਪੂਰੇ ਨੇ ਰਸਤਾ ਦੱਸਣ ਵਾਸਤੇ ਆਪਣਾ ਭਰੋਸੇਯੋਗ ਆਦਮੀ ਖਾਨਾ ਬਰਾੜ ਸਤਿਗੁਰੂ ਜੀ ਦੇ ਨਾਲ ਤੁਰਿਆ ਜੋ ਗੁਰਦੇਵ ਨੂੰ ਖਿਦਰਾਨੇ ਦੀ ਢਾਬ ਉੱਤੇ ਪਹੁੰਚਾਵੇ। ਹਜੂਰ ਰਮਿਆਣੇ ਪਿੰਡ ਤੋਂ ਅੱਗੇ ਤੁਰੇ ਹੀ ਸਨ ਜਦ ਪੌਰ ਪਿੰਡ ਦੇ ਰਹਿਣ ਵਾਲੇ ਭਾਈ ਗੁਰਬਖਸ਼ ਸਿੰਘ ਨੇ ਆ ਕੇ ਖਬਰ ਕੀਤੀ ਕਿ ਵਜ਼ੀਰ ਖਾਂ 8000 ਫੌਜ ਲਈ ਧਾਈ ਕਰਦਾ ਆ ਰਿਹਾ ਹੈ। ਹਜੂਰ ਨੇ ਹੌਸਲੇ ਨਾਲ ਉੱਤਰ ਦਿੱਤਾ ਕਬਰਾਨ ਦੀ ਕੋਈ ਲੋੜ ਨਹੀਂ ਅਕਾਲ ਰੱਖਾ ਹੈ। ਗੁਰਦੇਵ ਅਜੇ ਰਮਿਆਣੇ ਤੋਂ ਥੋੜੀ ਦੂਰੀ ਗਏ ਸਨ। ਜਾਂ ਮਾਝੇ ਦੇ ਕੋਚ ਸਿੱਖ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਹਾਜ਼ਰ ਹੋਏ ਆਨੰਦਪੁਰ ਦਾ ਛੱਡਣਾ ਚਮਕੌਰ ਦਾ ਯੁੱਧ ਤੇ ਸਰਹੰਦ ਵਿੱਚ ਛੋਟੇ ਸਾਹਿਬ ਜਦਿਆਂ ਦੀ ਸ਼ਹੀਦੀ ਦੀਆਂ ਖਬਰਾਂ ਸਾਰੇ ਪੰਜਾਬ ਵਿੱਚ ਖਿਲਰ ਚੁਕੀਆਂ ਸਨ ਐਵੇਂ ਸਮਝ ਲਈਏ ਕਿ ਸਾਰਾ ਪੰਜਾਬ ਗੁੱਸੇ ਦੀ ਅੱਗ ਵਿੱਚ ਬਲ ਰਿਹਾ ਸੀ ਮਾਝੇ ਵਿੱਚ ਵੀ ਇਹ ਖਬਰਾਂ ਪਹੁੰਚ ਗਈਆਂ ਸਨ ਤੇ ਇਹ ਵੀ ਪਤਾ ਲੱਗਾ ਕਿ ਸਤਿਗੁਰੂ ਜੀ ਇਸ ਸਮੇਂ ਮਾਲਵੇ ਵਿੱਚ ਫਿਰ ਰਹੇ ਹਨ ਦੁਨੀ ਚੰਦ ਦੇ ਪੋਤਰੇ ਭਾਵੇਂ ਗੁਰੂ ਮਹਾਰਾਜ ਪਾਸੋਂ ਭੁੱਲ ਬਖਸ਼ਾਏ ਸਨ ਪਰ ਤਾਂ ਵੀ ਲੋਕ ਦੁਨੀ ਚੰਦ ਦੇ ਨਾਲ ਆਨੰਦਪੁਰ ਛੱਡ ਕੇ ਆਉਣ ਵਾਲਿਆਂ ਨੂੰ ਇੱਜ਼ਤ ਨਾਲ ਨਹੀਂ ਸੰਵੇਖਦੇ ਬਹੁਤੇ ਅੱਜ ਤੱਕ ਜਿਹੜੇ ਮਜਾਇਲ ਉਸ ਵੇਲੇ ਸਤਗੁਰੂ ਜੀ ਨੂੰ ਛੱਡ ਕੇ ਆਏ ਉਹ ਸਮਰਦੇ ਸਨ ਕਿ ਸਤਗੁਰੂ ਨੂੰ ਛੱਡ ਕੇ ਉਹਨਾਂ ਨੇ ਬੜੀ ਵੱਡੀ ਗਲਤੀ ਕੀਤੀ ਹੈ ਇਹਨਾਂ ਸਾਰੇ ਖਿਆਲਾਂ ਦੇ ਪ੍ਰੇਰੇ ਹੋਏ ਬਹੁਤ ਸਾਰੇ ਸਿੱਖ ਮਾਝੇ ਤੋਂ ਸਤਗੁਰੂ ਜੀ ਦੀ ਪਾਲ ਵਿੱਚ ਤੁਰ ਪਏ ਤੇ ਰਮਿਆਣੇ ਪਿੰਡ ਕੋਲ ਆ ਕੇ ਸਤਗੁਰੂ ਜੀ ਦੇ ਦਰਸ਼ਨ ਕੀਤੇ ਮੱਛਾ ਟੇਕਿਆ ਗੁਰਦੇਵ ਖਿਦਰਾਨੇ ਦੀ ਢਾਬ ਉੱਤੇ ਪਹੁੰਚੇ ਅੱਗੇ ਢਾਬ ਬਿਲਕੁਲ ਸੁੱਕੀ ਪਈ ਸੀ ਗੁਰਦੇਵ ਨੇ ਅੱਗੇ ਵੱਧ ਕੇ ਜੰਗਲ ਵਿੱਚ ਇੱਕ ਉੱਚੀ ਥਾਂ ਤੇ ਮੋਰਚੇ ਮੱਲ ਲਏ ਅੱਜ ਕੱਲ ਇੱਥੇ ਗੁਰਦੁਆਰਾ ਟਿੱਬੀ ਸਾਹਿਬ ਹੈ ਮਾਜੇ ਦੇ ਸਿੱਖ ਵੀ ਪਿੱਛੇ-ਪਿੱਛੇ ਢਾਬ ਕੰਡੇ ਆ ਪੁੱਜੇ ਉਹਨਾਂ ਵਿੱਚੋਂ ਇੱਕ ਕਹਿਣ ਲੱਗਾ ਵੇਖੋ ਖਾਲਸਾ ਜੀ ਸਾਡੇ ਸਾਹਮਣੇ ਇਸ ਵੇਲੇ ਦੋ ਨਿਸ਼ਾਨੇ ਹਨ ਇੱਕ ਤਾਂ ਇਹ ਕਿ ਅਸਾਂ ਅੱਜ ਗੁਰੂ ਦੇ ਨਾਮ ਉੱਤੇ ਗੁਰੂ ਦੇ ਪ੍ਰੇਮ ਵਿੱਚ ਸ਼ਹੀਰ ਹੋਣਾ ਤੇ ਦੂਸਰਾ ਚੜੇ ਆ ਰਹੇ ਵੈਰੀ ਨੂੰ ਵੱਧ ਤੋਂ ਵੱਧ ਸਮਾਂ ਰੋਕੀ ਰੱਖਣਾ ਤਾਂ ਕਿ ਗੁਰੂ ਮਹਾਰਾਜ ਅੱਗੇ ਸੰਗਨੇ ਜੰਗਲ ਵਿੱਚ ਨਿਕਲ ਜਾਣ ਆ ਸੁੱਕੀ ਹੋਈ ਟਾਬ ਦੇ ਕੰਡਿਆਂ ਉੱਤੇ ਪਈ ਹੋਈ ਕੇਰ ਕੁਦਰਤੀ ਮੋਰਚੇ ਹਨ ਸਾਡੇ ਇਹਨਾਂ ਮੋਰਚਿਆਂ ਦਾ ਆਸਰਾ ਲੈ ਕੇ ਡਟ ਜਾਓ ਚਾਦਰਾਂ ਆਦੀ ਵਾਧੂ ਬਸਤਰ ਸਿੰਘਾਂ ਨੇ ਉੱਚੇ ਝਾੜਾਂ ਉੱਤੇ ਪਾ ਦਿੱਤੇ ਜੋ ਦੂਰੋਂ ਤੰਬੂਆਂ ਵਾਂਗੂ ਨਜ਼ਰ ਆ ਰਹੇ ਸਨ ਤੇ ਆਪ ਸਾਰੇ ਸਿੰਘ ਮੋਰਚਾ ਮੱਲ ਕੇ ਬਹਿ ਗਏ ਵਜ਼ੀਰ ਖਾਂ 8000 ਫੌਜ ਸਣੇ ਕੋਟਕਪੂਰੇ ਦੇ ਨੇੜੇ ਪੁੱਜਾ ਵजीर खान ਦੀ ਫੌਜ ਜਦੋਂ ਮਾਰ ਹਟਾ ਪਹੁੰਚੀ ਤਾਂ ਮੋਰਚੀਆਂ ਵਿੱਚ ਬੈਠੇ ਸਿੰਘਾਂ ਨੇ ਦੁਸ਼ਮਣ ਦਾ ਸਵਾਗਤ ਤੀਰਾਂ ਤੇ ਗੋਲੀਆਂ ਨਾਲ ਕੀਤਾ ਮੋਰਲੀਆਂ ਪਾਲਾਂ ਢੈ ਪਈਆਂ ਕਈ ਜੰਨਤ ਦੇ ਚਾਹਵਾਨ ਮੌਤ ਦੇ ਸ਼ਿਕਾਰ ਹੋ ਗਏ ਪਿਛਲਿਆਂ ਦੇ ਵੀ ਵੱਧਦੇ ਪੈਰ ਰੁਕ ਗਏ ਵजीर खान ਦਾ ਭਲੇਖਾ ਦੂਰ ਹੋ ਗਿਆ ਕਿ ਗੁਰੂ ਨਾਲ ਸਿਰਫ 10-20 ਸਿੰਘ ਹੀ ਹਨ ਸਾਹਮਣੇ ਉਹ ਆ ਰਹੀ ਤੀਰਾਂ ਗੋਲੀਆਂ ਦੀ ਬਰਸਾਤ ਉਸ ਦੇ ਮਨ ਦਾ ਭਰਮ ਕੱਢਣ ਲਈ ਕਾਫੀ ਸਨ ਵजीर खान ਜਦੋਂ ਸੰਭਲ ਸੰਭਲ ਕੇ ਹੱਲੇ ਕਰਨ ਲੱਗਾ ਜਾਨ ਬਚਾ ਕੇ ਲੜਨ ਵਾਲੇ ਪੈਂਤੜੇ ਸਿੰਘ ਮੂੰਹ ਤੋੜ ਜਵਾਬ ਦਿੰਦੇ ਜਿੰਨਾ ਚਿਰ ਸਿੰਘਾਂ ਕੋਲ ਦਾਰੂ ਸਿੱਕਾ ਰਿਆ ਉਹਨਾਂ ਵੈਰੀ ਦੇ ਟਿੱਡੇ ਦਲ ਨੂੰ ਆਪਣੇ ਮੋਰਚਿਆਂ ਦੇ ਨੇੜੇ ਨਹੀਂ ਟੁੱਕਣ ਦਿੱਤਾ ਤੀਰ ਗੋਲੀਆਂ ਮੁੱਕਣ ਤੇ ਆ ਗਏ ਤਾਂ ਸਿੰਘਾਂ ਨੇ ਮੋਰਚਿਆਂ ਚੋਂ ਬਾਹਰ ਨਿਕਲ ਕੇ ਹੱਥੋਂ ਅਤੇ ਜੂਝਣ ਦਾ ਪ੍ਰਣ ਕੀਤਾ ਪੰਜ ਪੰਜ 10 ਦਾ ਸਿੰਘਾਂ ਦਾ ਜੱਥਾ ਮੋਰਚਿਆਂ ਚੋਂ ਬਾਹਰ ਨਿਕਲਦਾ ਤੇ ਤਲਵਾਰਾਂ ਧੂਕ ਕੇ ਦੁਸ਼ਮਣਾਂ ਉੱਤੇ ਸ਼ੇਰਾਂ ਵਾਂਗ ਟੁੱਟ ਪੈਂਦਾ ਪਹਿਲਾ ਜੱਥਾ ਸ਼ਹੀਦ ਹੋ ਜਾਂਦਾ ਤਾਂ ਪਿੱਛੋਂ ਹੋਰ ਸਿੰਘ ਮੈਦਾਨ ਵਿੱਚ ਆ ਜਾਂਦੇ ਮਝਾਲਾਂ ਨੂੰ ਇਸ ਤਰ੍ਹਾਂ ਜੂਝਦੇ ਵੇਖ ਕੇ ਗੁਰਦੇਵ ਨੇ ਵੀ ਆਪਣੇ ਕੋਲੋਂ ਸਿੰਘ ਇਹਨਾਂ ਮਝਾਲਾਂ ਦੀ ਸਹਾਇਤਾ ਵਾਸਤੇ ਭੇਜੇ ਮਲਵਈ ਸਿੰਘਾਂ ਦੀ ਮਦਦ ਪੁੱਜ ਜਾਣ ਤੇ ਮਝੇਲਾਂ ਦੇ ਹੌਸਲੇ ਬਹੁਤ ਵੱਧ ਗਏ ਇੱਕ ਤਾਂ ਸੱਜਰ ਸਾਹ ਸਾਦੀ ਆ ਗਏ ਦੂਸਰੇ ਮਝਾਲਾਂ ਦੇ ਮਨਾਂ ਨੂੰ ਇਹ ਤਸੱਲੀ ਹੋ ਗਈ ਕਿ ਗੁਰੂ ਮਹਾਰਾਜ ਨੇ ਉਹਨਾਂ ਦੀ ਭੁੱਲ ਬਖਸ਼ ਦਿੱਤੀ ਹੈ ਉਹ ਇੰਨੀ ਦਲੇਰੀ ਨਾਲ ਲੜੇ ਕਿ ਦੁਸ਼ਮਣ ਦਲ ਦੇ ਆਹੂ ਲਾ ਦਿੱਤੇ ਬੰਜਰ ਧਰਤੀ ਯੋਧਿਆਂ ਦੇ ਲਹੂ ਨਾਲ ਸਿੰਜੀ ਗਈ ਢਾਬ ਕੰਡੇ ਲੜਨ ਵਾਲੇ ਲਗਭਗ ਸਾਰੇ ਸਿੰਘ ਸ਼ਹੀਦ ਹੋ ਗਏ ਸਨ ਮੁਕਾਬਲੇ ਤੇ ਵਜ਼ੀਰ ਖਾਨ ਦੀ ਵੀ ਅੱਧੀ ਕੋ ਫੌਜ ਇਸ ਲੜਾਈ ਦੀ ਭੇਟਾ ਹੋ ਚੁੱਕੀ ਸੀ ਵਜ਼ੀਰ ਖਾਨ ਦੇ ਖਿਆਲ ਅਨੁਸਾਰ ਗੁਰੂ ਮਹਾਰਾਜ ਵੀ ਢਾਬ ਕੰਡੇ ਜ਼ਰੂਰ ਸ਼ਹੀਦ ਹੋ ਗਏ ਹੋਣਗੇ ਪਰ ਜਦੋਂ ਸ਼ਹੀਦ ਹੋਏ ਪੈ ਸਿੱਖਾਂ ਨੂੰ ਵੇਖਣ ਉੱਤੇ ਵੀ ਉਸ ਨੂੰ ਮਹਾਰਾਜ ਦਾ ਸਰੀਰ ਨਾ ਮਿਲਿਆ ਤਾਂ ਵਜ਼ੀਰ ਖਾਂ ਦਾ ਦਿਲ ਟੁੱਟ ਗਿਆ। ਉਧਰੋਂ ਫੌਜ ਵਿੱਚ ਪਾਣੀ ਖੋਣੋਂ ਹਲਦਵਾਈ ਮਚੀ ਹੋਈ ਸੀ। ਕਪੂਰਾ ਉਸ ਵੇਲੇ ਵਜ਼ੀਰ ਖਾਂ ਦੇ ਕੋਲ ਸੀ। ਉਹਨੇ ਟੰਗ ਨਾਲ ਕਿਹਾ ਨਵਾਬ ਸਾਹਿਬ ਤੁਸੀਂ ਦੇਖ ਲਿਆ ਕਿ ਚਮਕੌਰ ਵਾਂ ਗੁਰੂ ਜੀ ਇੱਥੋਂ ਵੀ ਬਚ ਕੇ ਨਿਕਲ ਗਏ। ਤੇ ਇਸ ਭਿਆਨਕ ਜੰਗਲ ਵਿੱਚ ਪਿੱਛਾ ਕਰਕੇ ਗੁਰੂ ਰਾਮ ਨੂੰ ਲੱਭਣਾ ਤੁਹਾਡੇ ਵਾਸਤੇ ਮੁਮਕਿਨ ਨਹੀਂ ਹੈ। ਫਿਰ ਦੂਸਰੀ ਔਕੜ ਪਾਣੀ ਦੀ ਹੈ। ਅੱਗੇ ਵਧੋਗੇ ਤਾਂ 30 ਕੋਹ ਤੇ ਪਾਣੀ ਮਿਲੋਗਾ ਪਰ ਪਿੱਛੇ ਮੁੜਨ ਨਾਲ 10 ਕੋਹ ਤੇ ਪਾਣੀ ਮਿਲ ਸਕਦਾ। ਅੱਗੇ ਜਿਵੇਂ ਆਪ ਦੀ ਮਰਜ਼ੀ ਕਪੂਰੇ ਦਾ ਨਿਸ਼ਾਨਾ ਠੀਕ ਬੈਠਾ ਉਹ ਚਾਹੁੰਦਾ ਸੀ ਕਿ ਵਜ਼ੀਰ ਖਾਂ ਗੁਰਦੇਵ ਦਾ ਪਿੱਛਾ ਛੱਡ ਕੇ ਪਛਾਹ ਮੁੜ ਜਾਏ ਵਜ਼ੀਰ ਖਾਂ ਨੂੰ ਵੀ ਇਹ ਸਲਾਹ ਪਸੰਦ ਆਈ ਤੇ ਇਹਦੇ ਤੇ ਅਮਲ ਕਰਨਾ ਹੀ ਉਹਨੇ ਆਪਣਾ ਭਲਾ ਸਮਝਿਆ ਉਸ ਵੇਲੇ ਵਜ਼ੀਰ ਖਾਂ ਬਹੁਤ ਹੀ ਘਬਰਾ ਗਿਆ ਸੀ ਇੱਥੋਂ ਤੱਕ ਕਿ ਉਹ ਆਪਣੇ ਫੱਟੜ ਸਪਾਹੀਆਂ ਨੂੰ ਵੀ ਮੁਰਦਿਆਂ ਦੇ ਨਾਲ ਹੀ ਪਏ ਛੱਡ ਕੇ ਵਾਪਸ ਮੁੜ ਗਿਆ ਲੜਾਈ ਖਤਮ ਹੋ ਗਈ ਸਤਗੁਰੂ ਮਹਾਰਾਜ ਟਿੱਬੀ ਤੋਂ ਚੱਲ ਕੇ ਜੰਗ ਦੇ ਮੈਦਾਨ ਵਿੱਚ ਆਏ ਇੱਕ ਇੱਕ ਸ਼ਹੀਦ ਨੂੰ ਸਤਿਗੁਰੂ ਉਠਾ ਕੇ ਛਾਤੀ ਨਾਲ ਲਾਉਂਦੇ ਪ੍ਰਸੰਨ ਹੋ ਕਰਕੇ ਅਸੀਸਾਂ ਦਿੰਦੇ ਇਹ ਸਾਡਾ 5000ਹਾਰੀ ਸਿੰਘ ਹੈ ਇਹ ਸਾਡਾ 10000ਹਾਰੀ ਸਰਦਾਰ ਹੈ ਇਹ ਸਾਡਾ 20000ਹਾਰੀ ਜਰਨੈਲ ਹੈ ਉਸ ਵੇਲੇ ਮੁਗਲ ਰਾਜ ਵਿੱਚ ਇਹ ਕਿਤਾਬ ਪ੍ਰਚਲਿਤ ਸਨ ਬਹੁਤ ਸਾਰੇ ਵੱਡੇ ਅਫਸਰਾਂ ਨੂੰ 5000ਹਾਰੀ 10000ਹਾਰੀ ਦੇ ਕਿਤਾਬ ਦਿੱਤੇ ਜਾਂਦੇ ਸਨ ਸਮੇਂ ਦੇ ਸਰਦਾਰਾਂ ਦੇ ਬਦਲਣ ਨਾਲ ਵਡਿਆਈ ਦੇ ਸ਼ਬਦ ਵੀ ਬਦਲਦੇ ਰਹਿੰਦੇ ਹਨ ਜਿਵੇਂ ਅੰਗਰੇਜ਼ੀ ਸਰਕਾਰ ਵੇਲੇ ਸਭ ਤੋਂ ਵੱਡਾ ਫੌਜੀ ਕਿਤਾਬ ਵਿਕਟੋਰੀਆ ਕ੍ਰਾਸ ਸੀ ਅੱਜ ਪਰਮਵੀਰ ਚੱਕਰ ਹੈ ਇਸੇ ਤਰੀਕੇ ਇਹ 5000 10000 20000 ਇਹ ਕਿਤਾਬ ਸਨ ਜਿਹੜੇ ਸਤਿਗੁਰੂ ਜੀ ਆਪਣੇ ਸਿੱਖਾਂ ਨੂੰ ਦੇ ਰਹੇ ਸਨ ਗੁਰਦੇਵ ਚਲਦੇ ਚਲਦੇ ਮਾਹ ਸਿੰਘ ਪਾਸ ਪਹੁੰਚੇ ਅੱਗੋਂ ਮਾਹ ਸਿੰਘ ਕੁਛ ਦਮਾਂ ਦਾ ਪ੍ਰਾਣਾ ਸੀ ਅਖੀਰਲੇ ਸਵਾਸਾਂ ਤੇ ਸੀ ਹਜੂਰ ਮਾਹ ਸਿੰਘ ਦਾ ਸਿਰ ਗੋਦ ਵਿੱਚ ਲੈ ਕੇ ਬੈਠ ਗਏ ਆਪਣੇ ਰੁਮਾਲ ਦੇ ਨਾਲ ਮਾਹ ਸਿੰਘ ਦਾ ਮੱਥਾ ਪੂੰਝਿਆ ਜਰਾ ਹੋਸ਼ ਆਈ ਤਮਾ ਸਿੰਘ ਦੇ ਨੇਤਰ ਖੁੱਲੇ ਹਜੂਰ ਦਾ ਦਰਸ਼ਨ ਕਰਕੇ ਮਾਹ ਸਿੰਘ ਦੀਆਂ ਸਾਰੀਆਂ ਰੀਝਾਂ ਪੂਰੀਆਂ ਹੋ ਗਈਆਂ ਸਨ ਗੁਰਦੇਵ ਨੇ ਬੜੇ ਪਿਆਰ ਨਾਲ ਮਾਹ ਸਿੰਘ ਦੇ ਸਿਰ ਤੇ ਹੱਥ ਫੇਰਦਿਆਂ ਪੁੱਛਿਆ ਬੇਟਾ ਮਹਾ ਸਿੰਘ ਅਸੀਂ ਤੇਰੀ ਕੁਰਬਾਨੀ ਤੇ ਬਹੁਤ ਪ੍ਰਸੰਨ ਹਾਂ ਮੰਗ ਜੋ ਕੁਝ ਚਾਹੁੰਦਾ ਹੈ ਸੱਚੇ ਪਾਤਸ਼ਾਹ ਮਾਹ ਸਿੰਘ ਨੇ ਹੱਥ ਬੰਨ੍ਹ ਕੇ ਕਿਹਾ ਤੁਠੇ ਹੋ ਤਮਝਾਲਾ ਦੀ ਉਹ ਪੁੱਲ ਮਾਫ ਕਰ ਦਿਓ ਜੋ ਉਹਨਾਂ ਨੇ ਦੁਨੀ ਚੰਦ ਦੇ ਮਗਰ ਲੱਕੇ ਕੀਤੀ ਸੀ ਇਸ ਤੋਂ ਵੱਧ ਹੋਰ ਕੋਈ ਇੱਛਾ ਨਹੀਂ ਹੈ ਮਹਾਰਾਜ ਨੇ ਮਹਾ ਸਿੰਘ ਦੀ ਬੇਨਤੀ ਮੰਨ ਕੇ ਉਹ ਬੇਦਾਵਾ ਮਹਾ ਸਿੰਘ ਦੀਆਂ ਅੱਖਾਂ ਦੇ ਸਾਹਮਣੇ ਪਾੜ ਦਿੱਤਾ ਤੇ ਆਖਿਆ ਮੇਰੇ ਪਿਆਰੇ ਮਹਾ ਸਿੰਘਾ ਭੁੱਲਾਂ ਤਾਂ ਸਭ ਦੀਆਂ ਮੈਂ ਉਦੋਂ ਹੀ ਮਾਫ਼ ਕਰ ਦਿੱਤੀਆਂ ਸੀ ਜਦੋਂ ਤੁਸੀਂ ਮੇਰੇ ਵੱਲ ਤੁਰ ਪਏ ਸੀ ਗੁਰਦੇਵ ਨੇ ਪੁੱਤਰਾਂ ਵਾਂਗ ਮਹਾ ਸਿੰਘ ਨੂੰ ਆਪਣੀ ਛਾਤੀ ਨਾਲ ਘੁੱਟ ਕੇ ਲਾਇਆ ਹਜ਼ੂਰ ਦੀ ਗੋਦ ਵਿੱਚ ਮਹਾ ਸਿੰਘ ਨੇ ਅੰਤਮ ਸਵਾਸ ਲਿਆ ਚਰਨ ਸਿੰਘ ਸਫਰੀ ਲਿਖਦਾ ਸਫਰੀ ਪਿਤਾ ਦਸ਼ਮੇਸ਼ ਦੀ ਗੋਦ ਅੰਦਰ ਮਹਾ ਸਿੰਘ ਦੇ ਅਥਰੂ ਡੁੱਲ ਰਹੇ ਸਨ ਇਧਰ ਅੱਖਾਂ ਮੀਟੀਆਂ ਜਾ ਰਹੀਆਂ ਸਨ ਉਧਰ ਬੂਹੇ ਬਹਿਸ਼ਤ ਦੇ ਖਲ ਰਹੇ ਸਨ ਸਤਿਗੁਰੂ ਦੀ ਗੋਦ ਵਿੱਚ ਮਹਾ ਸਿੰਘ ਨੇ ਅੰਤਮ ਸੁਵਾਸ ਲਏ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਸ਼ਹੀਦ ਹੋਣ ਵਾਲਿਆਂ ਦੀ ਕੁਰਬਾਨੀ ਦੀ ਵਡਿਆਈ ਕਰਦੇ ਆ ਫਰਮਾਇਆ ਧੰਨ ਮਹਾ ਸਿੰਘ ਧੰਨ ਤੇਰੇ ਸਾਥੀ ਅਸੀਂ ਇਹਨਾਂ ਸਾਰਿਆਂ ਨੂੰ ਮੁਕਤ ਕਰਦੇ ਹਾਂ ਲੋਕ ਇਹਨਾਂ ਸ਼ਹੀਦਾਂ ਨੂੰ ਮੁਕਤੇ ਤੇ ਇਸ ਢਾਬ ਨੂੰ ਮੁਕਤਸਰ ਕਿਆ ਕਰਨਗੇ ਗੁਰਦੇਵ ਦੀ ਅਸੀਸ ਦੇ ਨਾਲ ਅੱਜ ਤੱਕ ਕੋਈ ਜਗ੍ਹਾ ਮੁਕਤਸਰ ਖਵਾਉਂਦੀ ਹੈ ਸ਼ਹੀਦਾਂ ਦੀ ਯਾਦ ਵਿੱਚ ਇਸ ਮੁਕਤਸਰ ਦੀ ਧਰਤੀ ਤੇ ਹਰ ਸਾਲ ਮਾਗੀ ਵਾਲੇ ਦਿਨ ਬੜਾ ਵੱਡਾ ਸ਼ਹੀਦਾਂ ਦੀ ਯਾਦਗਾਰ ਦੇ ਅੰਦਰ ਜੋੜ ਮੇਲਾ ਲੱਗਦਾ ਹੈ ਮਹਾ ਸਿੰਘ ਦੇ ਨਾਲ ਆਏ ਸਾਰੇ ਸਿੰਘ ਸ਼ਹੀਦ ਹੋ ਗਏ ਜਥੇ ਨਾਲ ਪਿੰਡ ਚਭਾਲ ਦੇ ਪਾਹੀ ਲੰਗਾਹਾ ਦੇ ਭਰਾ ਪੈਰੋ ਸ਼ਾਹ ਦੀ ਸੁਪਤਰੀ ਮਾਈ ਭਾਗੋ ਵੀ ਸੀ ਮਾਈ ਭਾਗੋ ਮਰਦਾਂ ਵਾਂਗ ਮੈਦਾਨ ਵਿੱਚ ਲੜੀ ਉਸ ਨੂੰ ਕਾਫੀ ਸੱਟਾਂ ਲੱਗੀਆਂ ਸਨ ਕਾਫੀ ਫੱਟ ਲੱਗੇ ਸਨ ਪਰ ਉਸ ਦੀ ਹਾਲਤ ਮਾਹ ਸਿੰਘ ਨਾਲੋਂ ਚੰਗੀ ਸੀ ਹਜੂਰ ਨੇ ਮਾਈ ਭਾਗੋ ਨੂੰ ਹੋਸ਼ ਵਿੱਚ ਲਿਆ ਕੇ ਪੁੱਛਿਆ beta ਅਕਾਲ ਪੁਰਖ ਤੇਰੀ ਕੁਰਬਾਨੀ ਤੇ ਬਹੁਤ ਪ੍ਰਸੰਨ ਹੈ ਕੋਈ ਵਾਰ ਮੰਗ ਤੇ ਮਾਈ ਭਾਗੋ ਨੇ ਸੱਚੇ ਪਾਤਸ਼ਾਹ ਜੀ ਨੂੰ ਕਿਹਾ ਸੱਚੇ ਪਾਤਸ਼ਾਹ ਟੁੱਟੇ ਹੋ ਤਾਂ ਨਾਮਦਾਨ ਬਖਸ਼ੋ ਮਹਾਰਾਜ ਦੀ ਚਰਨ ਛੋਹ ਪ੍ਰਾਪਤ ਕਰਕੇ ਕੋਈ ਹੋਰ ਭੁੱਖ ਨਹੀਂ ਰਹਿ ਗਈ ਮਾਈ ਭਾਗੋ ਨੇ ਸਤਗੁਰੂ ਦੇ ਚਰਨਾਬਿਰ ਸੀਸ ਨਵਾਇਆ ਇਲਾਜ ਕਰਨ ਨਾਲ ਮਾਈ ਭਾਗੋ ਸਤਗੁਰੂ ਜੀ ਦੀ ਕਿਰਪਾ ਦੇ ਨਾਲ ਜੀਵਨ ਨੂੰ ਪ੍ਰਾਪਤ ਕੀਤਾ ਉਹ ਸਤਗੁਰੂ ਦੇ ਨਾਲ ਹੀ ਹਜੂਰ ਨੰਦੇੜ ਤੱਕ ਗਈ ਅਠੇ ਪੈਰ ਨਾਮ ਸਿਮਰਨ ਵਿੱਚ ਲੀਨ ਰਹਿੰਦੀ ਸੀ ਮਾਈ ਭਾਗੋ ਮਾਤਾ ਪਾਕੌਰ ਬਾਕੀ ਦਾ ਜੀਵਨ ਮਾਈ ਭਾਗੋ ਨੇ ਨੰਦੇੜ ਵਿੱਚ ਅਕਾਲ ਪੁਰਖ ਵਾਹਿਗੁਰੂ ਦੇ ਸਿਮਰਨ ਵਿੱਚ ਬਤੀਤ ਕੀਤਾ ਉੱਥੇ ਹੀ ਉਸ ਵਰਗਵਾਸ ਹੋਏ ਉੱਥੇ ਹੀ ਉਸ ਦਾ ਜਿਹੜਾ ਅੰਤਮ ਦਿਹਰਾ ਹੈ ਤਾਂ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੇ ਮੁਕਤ ਸਰ ਦੀ ਪਵਿੱਤਰ ਧਰਤੀ ਦੇ ਉੱਤੇ ਆਪਣੇ ਹੱਥੀਂ ਉਹਨਾਂ ਗੁਰੂ ਕੇ ਸਿੰਘਾਂ ਦਾ ਅੰਤਮ ਸੰਸਕਾਰ ਕੀਤਾ ਔਰ ਉਹਨਾਂ ਨੂੰ ਅਸੀਸ ਬਖਸ਼ਿਸ਼ ਕੀਤੀ ਉਨ੍ਹਾਂ ਸਾਰਿਆਂ ਨੂੰ ਜੰਮਨ ਮਰਨ ਦੇ ਗੇੜ ਤੋਂ ਮੁਕਤੀ ਦਿੱਤੀ ਅੱਜ ਇਸ ਪਵਿੱਤਰ ਧਰਤੀ ਨੂੰ ਮੁਕਤੀਆਂ ਦੀ ਧਰਤੀ ਕਿਹਾ ਜਾਂਦਾ ਹੈ ਤੋਂ ਐਸੇ ਮਹਾਨ ਗੁਰੂ ਕੇ ਸਿੱਖਾਂ ਮਹਾਨ ਗੁਰੂ ਕੇ ਲਾਲਾਂ ਔਰ ਸਤਗੁਰੂ ਸੱਚੇ ਪਾਤਸ਼ਾਹ ਜੀ ਦੀ ਪਾਵਨ ਯਾਦ ਅਸੀਂ ਮਾਗੀ ਦੇ ਦਿਨ ਬੜੀ ਸ਼ਰਧਾ ਭਾਵਨਾ ਔਰ ਸਤਕਾਰ ਸਹਿਤ ਮਨਾ ਰਹੇ ਹਾਂ ਸਤਗੁਰੂ ਜੀ ਕਿਰਪਾ ਕਰਨ ਖਾਲਸਾ ਪੰਥ ਨੂੰ ਚੜ੍ਹਦੀ ਕਲਾ ਬਖਸ਼ਣ ਗੁਰਸਿੱਖੀ ਜੀਵਨ ਨਾਮ ਬਾਣੀ ਦੀਆਂ ਦਾਤਾਂ ਬਖਸ਼ਣ ਦੀ ਵਿਚਾਰਾਂ ਕਰਦੇ ਆਂ ਹੋਈਆ ਬੇਅੰਤ ਭੁੱਲਾਂ ਦੀ ਖਿਮਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ